ਘੱਲੂ ਘਰੇ ਵਾਸਤੇ ਅਸੀਂ ਆ ਰਹੇ ਹਾਂ। ਪਿਛਲੇ 15 ਦਿਨਾਂ ਤੋਂ ਸਾਡਾ ਜਿਹੜਾ ਲਗਾਤਾਰ ਵਰਕ ਚੱਲਦਾ ਆ, ਅੱਜ ਵੀ ਅਸੀਂ ਆਪਣੇ ਇਸ ਜਿਹੜਾ ਸਾਡਾ ਵਾਲ ਸਿਟੀ ਦੇ ਅੰਦਰ ਸਾਡਾ ਫਲੈਗ ਮਾਰਚ ਚੱਲ ਰਿਹਾ, ਜਿਹਦੇ 'ਚ ਮੇਰੇ ADCP ਜ਼ੋਨ 1 ਨਾਲ ADCP ਟ੍ਰੈਫਿਕ ਅਤੇ ਉਹਨਾਂ ਦੇ ਨਾਲ ਸਾਰਾ ਉਹਨਾਂ ਦੇ SHO ਔਰ ACP ਸਾਰੇ ਆਫਿਸਰ ਆ, ਈਵਨ ਸਾਡੇ ਨਾਲ RAF CRPF ਸਾਰੀਆਂ ਟੀਮਾਂ ਨਾਲ ਆ, ਔਰ ਅਸੀਂ ਫਲੈਗ ਮਾਰਚ ਪੂਰੇ ਸ਼ਹਿਰ ਦੇ ਵਿੱਚ ਕਰ ਰਹੇ ਹਾਂ। ਇਸ ਤੋਂ ਇਲਾਵਾ ਸੈਕਿੰਡ ਜਿਹੜਾ ਸਾਡਾ ਫਲੈਗ ਮਾਰਚ ਆ ਉਹ ਬੱਸ ਸਟੈਂਡ ਦੇ ਏਰੀਏ ਚੱਲ ਰਿਹਾ। ਇਸ ਤਰ੍ਹਾਂ ਵੱਖ ਵੱਖ ਜਗ੍ਹਾ ਦੇ ਉੱਤੇ ਵੱਖ ਵੱਖ ਟਾਈਮ ਦੇ ਉੱਤੇ ਜਿਹੜੇ ਫਲੈਗ ਮਾਰਚ ਚੱਲਦੇ ਪਏ ਆ, ਔਰ ਇਸ ਤੋਂ ਇਲਾਵਾ ਵੀ ਮੈਂ ਦੱਸਣਾ ਚਾਹੁੰਦਾ ਕੋਈ ਸ਼ਹਿਰ ਦੇ ਵਿੱਚ ਕਰੀਬ 60 ਕੁ ਦੇ ਲਾਗੇ ਜਿਹੜੇ ਸਾਡੇ ਪੁਆਇੰਟ ਜਿਹੜੇ 24 ਘੰਟਿਆਂ ਵਾਸਤੇ ਨਾਕੇ ਚੱਲ ਰਹੇ ਆ, ਜਿਹੜੇ 8-8 ਘੰਟੇ ਦੀ ਡਿਊਟੀ ਚੱਲ ਰਹੀ ਆ, ਔਰ ਨਾਕਿਆਂ ਤੋਂ ਇਲਾਵਾ ਸਾਡੀਆਂ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਗੱਡੀਆਂ ਰਾਹੀਂ ਲੱਗੀਆਂ ਹੋਈਆਂ, ਔਰ ਅਸੀਂ ਆਪਣੇ ਪੂਰੇ ਸ਼ਹਿਰ ਨੂੰ ਬਾਹਰੋਂ ਜਿਹੜਾ ਆ ਇਹਦਾ ਜਿਹੜਾ ਵੀ ਆਊਟਰ ਜਿਹੜਾ ਸਾਰਾ ਉਹ ਵੀ ਕਵਰ ਕੀਤਾ ਹੋਇਆ, ਔਰ ਸ਼ਹਿਰ ਦੇ ਅੰਦਰ ਵੀ ਸਾਰੇ ਨਾਕੇ ਆ, ਔਰ ਅੰਦਰ ਜਿਹੜੇ ਫਲੈਗ ਮਾਰਚ ਵੀ ਚੱਲ ਰਹੇ। CCTV ਕੈਮਰੇ ਮੈਂ ਦੱਸਣਾ ਚਾਹੁੰਦਾ ਵੀ ਜਿਵੇਂ ਅਸੀਂ ਇੱਥੇ ਭਰਾਵਾਂ ਦੇ ਢਾਬੇ ਤੋਂ ਲੈ ਕੇ ਹੀ ਸਾਡੇ ਦਰਬਾਰ ਸਾਹਿਬ ਦਾ ਕਰੀਬ ਜਿਹੜਾ ਆ ਕੋਈ 70 ਤੋਂ 75 ਕੈਮਰੇ ਜਿਹੜੇ ਇੰਨੇ ਥਾਂ ਦੇ ਵਿੱਚ ਹੀ ਲੱਗ ਚੁੱਕੇ ਆ, ਬਾਕੀ ਸ਼ਹਿਰ ਦੇ ਵਿੱਚ ਵੀ ਕੈਮਰੇ ਕਾਫੀ ਅਸੀਂ ਲਵਾ ਲਏ ਆ, ਔਰ ਕੁਝ ਸਮਾਰਟ ਸਿਟੀ ਵਾਲੇ ਕੈਮਰੇ ਵੀ ਜਿਹੜੇ ਥੋੜ੍ਹੇ ਜਿਹੇ ਆਉਣ ਵਾਲੇ ਕੁਝ ਦਿਨਾਂ ਤੱਕ ਉਹ ਵੀ ਚਾਲੂ ਹੋ ਰਹੇ ਆ। 6 ਜੂਨ ਵਾਸਤੇ ਸਾਡੇ ਕੋਲ RAF ਦੀਆਂ 2 ਟੀਮਾਂ, CRP ਦੀਆਂ 2 ਟੀਮਾਂ, ਇਸ ਤੋਂ ਇਲਾਵਾ ਕੋਈ ਕਰੀਬ 1500 ਜਵਾਨ ਸਾਨੂੰ ਬਾਹਰੋਂ ਆਰਮਡ ਪੁਲਿਸ ਦਾ, ਔਰ ਇੰਨਾ ਹੀ ਅਸੀਂ ਆਪਣਾ ਕਮਿਸ਼ਨਰ ਪੁਲਿਸ ਦਾ ਕੱਢਿਆ, ਤਾਂ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਰੀਬ ਜਿਹੜਾ ਸਾਡਾ 5000 ਬੰਦਾ ਜਿਹੜਾ ਉਹ ਵਰਕ ਕਰੂਗਾ ਸ਼ਹਿਰ ਦੇ ਵਿੱਚ। ਦੇਖੋ ਉਹ ਹਰ ਸਾਲ ਹੀ ਹੁੰਦੀ ਆ, ਤੁਸੀਂ ਪਿਛਲੇ ਕਈ ਸਾਲਾਂ ਤੋਂ ਦੇਖਿਆ ਹੋਣਾ ਕਿ 5 ਤਰੀਕ ਨੂੰ ਉਹਨਾਂ ਦਾ ਮਾਰਚ ਹੁੰਦਾ ਆ, ਔਰ 6 ਤਰੀਕ ਨੂੰ ਉਹ ਬੰਦੀ ਕਾਲ ਕਰਦੇ ਆ, ਉਹਨਾਂ ਸਾਰਿਆਂ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ, ਸਾਰਾ ਕੁਝ ਪੀਸਫੁਲੀ ਹੋਊਗਾ। ਬਿਲਕੁਲ ਜੀ, SGPC ਨਾਲ ਮੀਟਿੰਗ ਹੋ ਚਲੀ, ਬਾਕੀ ਸਾਰੀਆਂ ਜਥੇਬੰਦੀਆਂ ਨਾਲ ਹੋ ਚੁੱਕੀਆਂ ਮੀਟਿੰਗਾਂ, ਉਹ ਸਾਰੀਆਂ ਸਹਿਮਤ ਆ, ਕਿਉਂਕਿ ਹਰ ਸਾਲ ਜਿਹੜਾ ਇਹ ਦਿਨ ਆਉਂਦੇ ਆ ਔਰ ਇਹਦੇ ਨਾਲ ਸਾਰੇ ਸਹਿਮਤ ਵੀ ਹੁੰਦੇ ਆ, ਸ਼ਹਿਰ ਵਾਸੀ ਵੀ ਸਹਿਮਤ ਆ, ਇਸ ਕਰਕੇ ਸਾਰਿਆਂ ਦਾ ਰਲ ਮਿਲ ਕੇ ਹੀ ਜਿਹੜਾ ਦਿਨ ਹੈ ਆਪਾਂ ਸਾਰਿਆਂ ਨੇ ਕੱਢਣਾ। 6 ਜੂਨ ਨੂੰ ਪੂਰਾ ਟਾਈਟ ਰੱਖਿਆ ਜਾਏਗਾ ਜੀ। ਬਿਲਕੁਲ ਜੀ, ਅਸੀਂ ਤਾਂ ਹੁਣ ਤੋਂ ਹੀ ਪੂਰਾ ਟਾਈਟ ਕੀਤਾ, ਔਰ ਮੈਂ ਅਪੀਲ ਕਰਨੀ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਵੀ ਸਾਰਾ ਪੁਲਿਸ ਦਾ ਸਹਿਯੋਗ ਦੇਣ, ਔਰ ਇਸੇ ਤਰ੍ਹਾਂ ਜੇ ਕਿਸੇ ਨੂੰ ਕੋਈ ਸ਼ੱਕੀ ਬੰਦਾ ਜਾਂ ਕੋਈ ਸ਼ੱਕੀ ਚੀਜ਼ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਲੱਗਦੀ ਆ, ਪਤਾ ਤਾਂ ਸਾਡੇ ਸਾਰਿਆਂ ਦੇ ਨੰਬਰ, ਸਾਡੇ SHO ACP ADCP ਅਸੀਂ ਸਾਰੇ ਸਾਡਿਆਂ ਦੇ ਨੰਬਰ ਸਾਰਿਆਂ ਕੋਲ ਆ, ਔਰ ਸਾਨੂੰ ਦੱਸਣ, ਅਸੀਂ 24 ਘੰਟੇ ਬਾਹਰ ਸ਼ਹਿਰ 'ਚ ਕੰਮ ਕਰ ਰਹੇ ਹਾਂ, ਔਰ ਇਹ ਸਾਡਾ ਆਪਣਾ ਸ਼ਹਿਰ ਆ, ਆਪਾਂ ਮੈਂ ਚਾਹੁੰਦਾ ਵੀ ਸਾਰੇ ਆਪਾਂ ਰਲ ਕੇ ਇਹਨੂੰ ਕੱਢੀਏ, ਤਾਂ ਜੋ ਕਿ ਆਉਣ ਵਾਲੇ ਦਿਨਾਂ 'ਚ ਕੋਈ ਸ਼ਰਾਰਤੀ ਅੰਸਰ ਜਿਹੜਾ ਉਹ ਕੋਈ ਸ਼ਰਾਰਤ ਨਾ ਕਰ ਸਕੇ। ਬਿਲਕੁਲ ਜੀ, ਉਹਨਾਂ 'ਤੇ ਸਾਡੀ ਸਖਤੀ ਆ, ਅਗਰ ਸਾਨੂੰ ਕੋਈ ਵੀ ਸ਼ਰਾਰਤੀ ਅੰਸਰ ਜੇ ਕੋਈ ਗਲਤ ਕੰਮ ਕਰਦਾ ਤਾਂ ਪੂਰਾ ਸਖਤੀ ਦੇ ਨਾਲ ਉਹ 'ਤੇ ਜਿਹੜਾ ਆ ਕੰਮ ਵਰਕ ਕੀਤਾ ਜਾਊਗਾ। ਲੈਸ਼ ਵੀ ਕਿਸੇ ਜਗ੍ਹਾ 'ਤੇ ਦੇਖਣ ਨੂੰ ਮਿਲਦਾ ਹਮੇਸ਼ਾ 6 ਜੂਨ ਲੈ ਕੇ ਜਿਹੜੇ ਸ਼ਿਵ ਸੈਨਿਕ ਨਹੀਂ, ਅਸੀਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਅਸੀਂ ਸਾਰਿਆਂ ਨਾਲ, ਚਾਹੇ ਸ਼ਿਵ ਸੈਨਾ ਹੋਵੇ ਚਾਹੇ ਸਿੱਖ ਜਥੇਬੰਦੀਆਂ ਹੋਣ, ਸਾਰਿਆਂ ਨਾਲ ਮੀਟਿੰਗਾਂ ਕਰ ਲਈਆਂ, ਔਰ ਮੈਨੂੰ ਪੂਰੀ ਉਮੀਦ ਆ ਮਹਾਰਾਜ ਦੀ ਕਿਰਪਾ ਦੇ ਨਾਲ ਸਾਰਾ ਬਿਲਕੁਲ ਪੀਸਫੁਲੀ ਹੋਊਗਾ। ਬਿਲਕੁਲ ਜੀ, ਉੱਥੇ ਵੀ RAD ਜਿਹੜੇ ਸਾਡੇ ਬੰਦੇ ਅੰਦਰ ਲੱਗੇ ਹੋਏ ਨੇ, ਨਾਲ SGPC ਨਾਲ ਸਾਡਾ ਪੂਰਾ ਤਾਲਮੇਲ ਆ, ਔਰ ਅਸੀਂ ਰਲ ਕੇ ਜਿਹੜਾ ਉੱਥੇ ਵੀ ਜਿਹੜਾ ਅੰਦਰ ਉਹਨਾਂ ਦੇ ਕੈਮਰੇ ਜਾਂ ਉਹਨਾਂ ਦੇ ਹੋਰ ਗੁਰਦੁਆਰੇ ਸਾਹਿਬ ਜਿੱਥੇ ਈਵਨ ਸਾਰਾ ਗੜੀ ਜਿਹੜੇ ਕੈਮਰੇ ਆ, ਇਹ ਸਭ ਜਗ੍ਹਾ ਦੇ ਉੱਤੇ ਜਿਹੜੇ ਉਹਨਾਂ ਦੇ ਬੰਦੇ ਵੀ, ਔਰ ਜਿੱਥੇ ਜਿੱਥੇ ਸਾਨੂੰ ਲੋੜ ਅਸੀਂ ਆਪਣੇ ਬੰਦੇ ਵੀ ਲਾਤੇ ਆ, ਔਰ ਇਹ ਸਾਰਾ ਅਸੀਂ ਜਿਹੜਾ ਸਾਡੀ ਸਾਰਿਆਂ 'ਤੇ ਨਜ਼ਰ ਆਏ।